ਮੈਂ ਕਿਹਾ ਕਿਉਂ ਬਾਪੂ ਜੀ ਕੀ ਹੋਇਆ ਪਰਮਾਤਮਾ ਉਹਦਾ ਸਾਥ ਦਿੰਦਾ ਉਹਦੀ ਠੱਗੀ ਘੋਰੀ ਵੱਜ ਸਕਦੀ ਹੈ ਤੁਸੀਂ ਹੋਰੀ ਨਹੀਂ ਵੱਜ ਸਕਦੀ ਤੇਜ਼ੀ ਸੀ ਮੈਂ ਕਿਹਾ ਤੁਹਾਨੂੰ ਫਾਇਦਾ ਕੀ ਹੋਇਆ ਕੋਈ ਕਹਿੰਦਾ ਟਰਾਂਸਪੋਰਟਰ ਕਹਿੰਦੇ ਸੀ ਸਾਨੂੰ 10 ਬਚਦਾ ਜਦੋਂ ਅਸੀਂ ਇੱਕ ਮੋਚੀ ਦੀ ਦੁਕਾਨ ਤੇ ਅਸੀਂ ਬੂਟ ਪਾਲਿਸ਼ ਕਰਾ ਰਹੇ ਉੱਥੇ ਉਹ ਸੋਚ ਕੇ ਕਹਿੰਦਾ ਵੀ ਮੈਂ ਸਾਰੀ ਉਮਰ ਆ ਰਿਹਾ ਸੀ ਮੈਂ ਗਿਆ ਦਫ਼ਤਰ ਜਦੋਂ ਮੈਂ ਦਫ਼ਤਰ ਗਿਆ ਤੇ ਉਹ ਲੈ ਕੇ ਆਂਦਾ 15-20 ਮਿੰਟਾਂ 'ਚ ਨਾਲੇ ਉਹਨੇ ਸਾਨੂੰ ਚਾਹ ਭੇਜ ਦੇ ਨਾਲੇ ਸਾਡਾ ਸਰਟੀਫਿਕੇਟ ਫੜਾ ਕੇ ਹੱਥ 'ਚ ਫੜਾ ਦਿੱਤਾ ਆਂਦਾ ਮੈਂ ਕਿਹਾ ਯਾਰ ਇੱਥੇ ਤਾਂ ਕਿ ਰੌਣਕਾਂ ਬੜੀਆਂ ਹੁੰਦੀਆਂ ਸੀ ਜਦੋਂ ਇਸ ਦਫ਼ਤਰ ਚਾਹੀਦਾ ਦਫ਼ਤਰ ਭਰਿਆ ਹੁੰਦਾ ਸੀ ਕਹਿਮਾ ਕਹਿਮ ਸੀ ਉਹ ਕਹਿੰਦੇ ਜਿੱਦਣ ਦਾ ਕੇਜਰੀ ਹੋਇਆ ਕਿੰਨੇ ਤਲਾਲ ਸਭ ਭੱਜ ਗਏ ਪਰਾਓ ਕੰਮ ਨਾਲ ਲੋਕਾਂ ਨੂੰ ਕੰਮ ਮਿੱਠਾ ਚੋਜ ਕੋਲ ਬੀਜੇਪੀ ਵਾਲਿਆਂ ਕੋਲ ਤੇ ਬੀਜੇਪੀ ਦੇ ਅਕਾਲੀਆਂ ਕੋਲ ਵੀ ਕੋਈ ਨਹੀਂ ਸੀ ਇਹ ਸਾਡੇ ਵਿੱਚੋਂ ਹੀ ਇਹਨਾਂ ਦੇ ਇਤਿਹਾਸ ਵਿੱਚ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪਤੀ ਕੀ ਪਾਰਟੀ ਨਹੀਂ ਹੈ ਇਹ ਕਿਸੇ ਆਰਾ ਪਤੀ ਕੀ ਪਾਰਟੀ ਨਹੀਂ ਹੈ ਕੇਜਰੀਵਾਲ ਨੇ ਜਬ ਪਾਰਟੀ ਬਣਾਈ 2012 ਮੇਂ ਤੋ 26 ਨਵੰਬਰ 2012 ਕੋ ਕਹਾ ਹਮ ਰਾਜਨੀਤੀ ਕਰਨੇ ਨਹੀਂ ਆਏ ਹੈ ਰਾਜਨੀਤੀ ਬਦਲਨੇ ਆਏ ਹੋ ਗਿਆ ਕਹਾਂ ਸੇ ਰਾਜਨੀਤੀ ਮੇਂ ਆ ਗਿਆ ਇਹ ਅਰੁਣ ਜੇਟਲੀ ਆਦਮੀ ਪਾਰਟੀ ਕਾ ਕਹਤੇ ਥੇ ਅਗਰ 6-4 ਹੈ ਤਹਿਸੀਲ ਮੇਂ ਪ੍ਰਮਾਣ ਪੱਤਰ ਬਣਵਾਨੇ ਜਾਈਏ ਤੋ ਰਿਸ਼ਵਤ ਦੇਣੀ ਪੜਨੇ ਜਾਈਏ ਤੋ ਰਿਸ਼ਵਤ ਦੇਣੀ ਪੜਤੀ ਹੈ ਭਗੇ ਬਤਾਈਏ ਝੂਠ ਤੋ ਨਹੀਂ ਬੋਲ ਰਹਾ ਹੂੰ ਰਿਸ਼ਵਤ ਦੇਣੀ ਪੜਤੀ ਹੈ ਨਾ ਔਰ ਦਿੱਲੀ ਮੇਂ ਆਪਕੀ ਇੱਕ ਸਰਕਾਰ ਬਣੀ ਹੈ ਕੇਜਰੀਵਾਲ ਕੀ 6 ਮਹੀਨੇ ਹੋ ਗਿਆ ਜਾ ਕੇ ਪਤਾ ਕਰ ਲੈਣਾ 56 ਅਧਿਕਾਰੀਆਂ ਕੋ ਜੇਲ ਮੇਂ ਡਾਲ ਚੁਕੇ ਹੈ ਸਸਪੈਂਡ ਕਰ ਚੁਕੇ ਹੈ ਕਿਸੀ ਮਾਈ ਕੇ ਲਾਲ ਮੇਂ ਸਰਕਾਰੀ ਦਫ਼ਤਰ ਮੇਂ ਕਾਮ ਕਰਨੇ ਵਾਲੀ ਕੀ ਦਿੱਲੀ ਮੇਂ ਹਿੰਮਤ ਨਹੀਂ ਹੈ 1 ਰੁਪਏ ਵੀ ਆਮ ਆਦਮੀ ਸੇ ਰਿਸ਼ਵਤ ਲੈਣੀ ਯਾ ਰਿਸ਼ਵਤਖੋਰੀ ਕੀ ਸਰਕਾਰ ਚੱਲ ਰਹੀ ਹੈ ਇੱਕ ਆਦਮੀ ਨੇ ਮੁਝਸੇ ਕਹਾ ਬੋਲੇ ਪੰਜਾਬ ਕੇ ਥਾਨੋਂ ਮੇਂ ਚਲੇ ਜਾਓ ਤੋ ਲੱਗਤਾ ਪਾਕਿਸਤਾਨ ਕੀ ਧਰਤੀ ਮੇਂ ਜਿਹੜਾ ਪੰਜਾਬ ਕਬੱਡੀਆਂ ਭੰਗੜਿਆਂ ਵਾਸਤੇ ਮਸ਼ਹੂਰ ਹੁੰਦਾ ਸੀ ਜਿਹੜਾ ਪੰਜਾਬ ਖੇਤੀ ਵਾਸਤੇ ਜਾਣਿਆ ਜਾਂਦਾ ਸੀ ਤੇ ਅੱਜ ਕੱਲ ਜਿਹੜਾ ਪੰਜਾਬ ਆ ਨਕਮੀਆਂ ਸਰਕਾਰਾਂ ਨੇ ਬਣਾ ਉਹ ਪੰਜਾਬ ਕੈਂਸਰ ਕਰਕੇ ਉਹ ਪੰਜਾਬ ਗੁੰਡਾਗਰਦੀਆਂ ਕਰਕੇ ਉਹ ਪੰਜਾਬ ਧਰਨਿਆਂ ਹੜਤਾਲਾਂ ਕਰਕੇ ਉਹ ਪੰਜਾਬ ਬੇਰੁਜ਼ਗਾਰਾਂ ਕਰਕੇ ਜਾਣਿਆ ਜਾਂਦਾ ਅੱਜ ਦੀ ਡੇਟ 'ਚ ਕਿੱਧਰ ਗਿਆ ਉਹ ਪੰਜਾਬ ਇੱਕ ਆ ਗਏ ਇਹ ਕੋਈ ਇੱਕ ਸਰਕਾਰ ਨੇ ਨਹੀਂ ਕੀਤਾ ਵੀ 5-7 ਸਾਲਾਂ 'ਚ ਹੋ ਗਿਆ ਇਹ 5-5 ਸਾਲ ਦੀਆਂ ਵਾਰੀਆਂ ਬੰਨ ਕੇ ਕੀਤਾ ਕੰਮ ਇਹ 5-5 ਸਾਲ ਦੀਆਂ ਵਾਰੀਆਂ ਅੰਗਰੇਜ਼ ਸਾਨੂੰ 200 ਸਾਲ ਇਕੱਠਾ ਗੁਲਾਮੀ ਦੇ ਗਏ ਅੱਜ ਕੱਲ੍ਹ ਵਾਲੇ ਕਾਲੇ ਅੰਗਰੇਜ਼ ਸਾਡੇ ਵਾਲੇ ਇਹ 5-5 ਸਾਲ ਦੀਆਂ ਕਿਸ਼ਤਾਂ 'ਚ ਗੁਲਾਮੀ ਦਿੰਦੇ ਨੇ ਆਜ਼ਾਦੀ ਤਾਂ ਆਪਣੇ ਕੋਲ ਆ ਗਈ ਮਾਰ ਨਹੀਂ ਹੁੰਦੇ ਭਗਤ ਸਿੰਘ ਰਾਮ ਇੱਕ ਵਾਰੀ ਫਿਰ ਫਾਂਸੀ ਲੱਗ ਜਾਂਦੀ 22 ਮਾਰਚ ਨੂੰ ਬਹੁਤ ਭੁੱਲਦੇ ਨੇ ਕਿਉਂਕਿ 23 ਮਾਰਚ ਨੂੰ ਬਾਦਲ ਬਣਦੇ ਯਕੀਨ ਨਾ ਕਰਿਓ ਇਹਨਾਂ 'ਤੇ